हां जी साउथ कोरिया कंट्री जे तुसी साउथ कोरिया कंट्री ਦੇ ਬਾਰੇ ਫੁੱਲ ਜਾਣਕਾਰੀ ਜਾਨਣਾ ਚਾਹੁੰਦੇ ਹੋ ਤੁਸੀਂ ਮੇਰੇ YouTube ਚੈਨਲ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਪਰ ਐਸ ਟਾਈਮ ਸਾਊਥ ਕੋਰੀਆ ਦੇ ਬਾਰੇ ਲੇਟੈਸਟ ਅਪਡੇਟ ਆਈ ਹੈ इवन के ਮੈਂ ਵੀਡੀਓ ਇਸ ਦੇ ਬਾਰੇ ਮੈਂ ਕੱਲ ਵੀ ਅਪਲੋਡ ਕੀਤੀ ਸੀ ਬਟ ਪ੍ਰੋਪਰ ਮੈਂ ਐਕਸਪਲੇਨ ਨਹੀਂ ਕੀਤਾ ਬਟ ਇਸ ਚੀਜ਼ ਦਾ ਸੋਨੂੰ ਪਤਾ ਹੋਣਾ ਜ਼ਰੂਰੀ ਹੈ ਹੁਣ ਦੇਖੋ ਮੁਕਦੀ ਗੱਲ ਇਹ ਹੈ ਕਿ ਬਾਕੀ ਜਿਹੜੀਆਂ ਜੋ ਵੀ ਵੀਡੀਓ ਮੇਰੀ ਸਾਊਥ ਕੋਰੀਆ ਦੇ ਬਣੀਆਂ ਹੋਈਆਂ ਤੁਸੀਂ YouTube ਦੇ ਉੱਪਰ ਵਿਜ਼ਿਟ ਕਰਕੇ ਚੈੱਕ ਕਰ ਸਕਦੇ ਹੋ ਸੋ ਇਹ ਕੀ ਹੈ ਜੇ ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਲੱਗ ਚੁੱਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਤੁਹਾਡੀ ਫਾਈਲ BFS ਸੈਂਟਰ ਦੇ ਵਿੱਚ ਲੱਗੂ ਅੰਬੈਸੀ ਦੇ ਵਿੱਚ ਫਾਰਵਰਡ ਜਾਊਗੀ ਉਸ ਤੋਂ ਬਾਅਦ ਜੇ ਤੁਹਾਡੀ ਫਾਈਲ ਮੈਂ ਅੰਬੈਸੀ ਕਹਿ ਰਹੇ ਹਾਂ ਕਿਉਂਕਿ ਫਾਈਲ ਆਪਾਂ ਅੰਡਰਸਟੈਂਡ ਕਰੋ ਮੈਂ ਫਾਈਲ ਆ ਬੀਐਫਐਸ ਤੇ ਲਾਵਾਂਗੇ ਬਟ ਪ੍ਰੋਸੈਸ ਸਟਾਰਟ ਅੰਬੈਸੀ ਨਹੀਂ ਕਰਨਾ ਮੈਂ ਅੰਬੈਸੀ ਹੀ ਕਹਾਂਗਾ ਇਹਦੇ ਵਿੱਚ ਅੰਡਰਸਟੈਂਡ ਤੁਸੀਂ ਕਰਨਾ ਸੋ ਜੇ ਜੇ ਤੁਹਾਡੀ ਫਾਈਲ ਸਾਊਥ ਕੋਰੀਆ ਦੀ ਅੰਬੈਸੀ ਦੇ ਵਿੱਚ ਲੱਗ ਚੁੱਕੀ ਹੈ ਤੁਹਾਨੂੰ ਦੋ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿਹੜੀ ਹੁੰਦੀ ਹੈ ਡੀ ਡੂ ਵੈਰੀਫਿਕੇਸ਼ਨ ਹੁਣ ਡੂ ਵੈਰੀਫਿਕੇਸ਼ਨ ਕੀ ਹੈ ਜੇ ਤੁਸੀਂ ਅਪਲਾਈ ਕਰ ਦਿੱਤਾ ਸਾਊਥ ਕੋਰੀਆ ਦਾ ਜਾਂ ਤੁਸੀਂ ਅਪਲਾਈ ਕਰਨਾ ਹੈ ਜਾਂ ਤੁਸੀਂ ਇਸ ਚੀਜ਼ ਦੇ ਵਿੱਚ ਤੁਹਾਨੂੰ ਇਸ ਚੀਜ਼ ਬਾਰੇ ਨਹੀਂ ਪਤਾ ਬਟ ਇਸ ਚੀਜ਼ ਦਾ ਪਤਾ ਹੋਣਾ ਜ਼ਰੂਰੀ ਹੈ ਕਿ ਜਦੋਂ ਆਪਣੀ ਫਾਈਲ ਅੰਬੈਸੀ ਦੇ ਵਿੱਚ ਲੱਗ ਗਈ ਉਸ ਤੋਂ ਬਾਅਦ ਹਰ ਇੱਕ ਕੈਂਡੀਡੇਟ ਨੂੰ ਮੇਲ ਆਈਡੀ ਤੇ ਲਿੰਕ ਆਊਗਾ ਈਵਨ ਕਿ ਤੁਹਾਨੂੰ ਅੰਬੈਸੀ ਦੇ ਵੱਲੋਂ ਕਾਲ ਆਊਗੀ ਕਿ ਤੁਸੀਂ ਆਪਣੀ ਡੂ ਵੈਰੀਫਿਕੇਸ਼ਨ ਨੂੰ ਕੰਪਲੀਟ ਕਰੋ ਹੁਣ ਡੂ ਵੈਰੀਫਿਕੇਸ਼ਨ ਕੀ ਹੈ ਕਿ ਇਹ ਹੁਣ ਇਹਨਾਂ ਨੇ ਆਨਲਾਈਨ ਪ੍ਰੋਸੈਸ ਸਟਾਰਟ ਕਰਤਾ ਜਿਵੇਂ ਕਿ ਆਪਾਂ ਕਿਸੇ ਤੋਂ ਫੰਡ ਸ਼ੋਅ ਕਰਵਾ ਲੈਣੇ ਆ ਸੋ ਆਪਾਂ ਸਟੇਟਮੈਂਟ ਕਢਵਾ ਲਈ ਅੱਜ ਤੋਂ ਜਿਵੇਂ ਆਪਣੀ ਫਾਈਲ ਲੱਗੀ 10 ਦਿਨ ਪਹਿਲਾਂ ਸੋ 10 ਦਿਨ ਦੀ ਪਹਿਲਾਂ ਆਪਾਂ ਸਟੇਟਮੈਂਟ ਜਮ੍ਹਾਂ ਕਰਵਾਤੀ ਸੋ ਡੂ ਵੈਰੀਫਿਕੇਸ਼ਨ ਦੇ ਵਿੱਚ ਉਹ ਇਮੀਡੀਐਂਟਲੀ ਦੁਬਾਰਾ ਸਟੇਟਮੈਂਟ ਜਿਵੇਂ ਕਿ ਅੱਜ ਮੈਂ ਡੂ ਵੈਰੀਫਿਕੇਸ਼ਨ ਕਰਨੀ ਹੈ ਸੋ ਅੱਜ ਦੀ ਸਟੇਟਮੈਂਟ ਆਪਾਂ ਅਪਲੋਡ ਕਰਨੀ ਹੈ ਜਿਹੜੀ ਕਿ ਜ਼ਰੂਰੀ ਹੈ ਸੋ ਉਹ ਅੱਜ ਦੀ ਅਪਲੋਡ ਕਰਨੀ ਪਊਗੀ ਜਿਸ ਵਿੱਚ ਜਿਵੇਂ ਕਹਿ ਦਿੰਦੇ ਨੇ ਕਿ ਫੀਕ ਫੰਡ ਸ਼ੋ ਕੀਤਾ ਜਾਂ ਕਿਸੇ ਨੇ ਹੋਰ ਦੇ ਅਕਾਊਂਟ ਦੇ ਵਿੱਚ ਕੀਤਾ ਜੋ ਵੀ ਮਤਲਬ ਕਿ ਸੋ ਉਸ ਚੀਜ਼ ਦੇ ਵਿੱਚ ਆਪਾਂ ਨੂੰ ਇਮੀਡੀਐਂਟਲੀ ਪਤਾ ਲੱਗ ਜਾਊਗਾ ਕਿਉਂਕਿ ਕਈ ਵਾਰੀ ਸਟੂਡੈਂਟ ਕੀ ਕਰਦੇ ਐ ਮੰਨ ਲਓ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਬੈਲੈਂਸ ਪਾਤਾ ਤੁਸੀਂ ਨਾਲ ਦੀ ਨਾਲ ਸਟੇਟਮੈਂਟ ਕਢਵਾ ਲਈ ਅੰਬੈਸੀ ਕੋਲੇ ਜਮ੍ਹਾਂ ਕਰਵਾਤੀ ਦੇਖੋ ਅੰਬੈਸੀ ਕੋਲੇ ਨਾ ਟਾਈਮ ਨਹੀਂ ਹੁੰਦਾ ਕਿ ਉਹ ਇਕੱਲੇ ਇਕੱਲੇ ਸਟੂਡੈਂਟ ਨੂੰ ਵੈਰੀਫਾਈ ਕਰਨ ਕਿਉਂਕਿ ਵੈਰੀਫਾਈ ਜ਼ਰੂਰ ਕਰਦੀ ਹੈ ਪਰ ਉਹਨਾਂ ਨੇ ਇੱਕ ਆਪਣਾ ਟਾਈਮ ਨੂੰ ਬਚਤ ਕਰਨ ਵਾਸਤੇ ਕਿਉਂ ਪਹਿਲਾਂ ਬੈਂਕ ਨੂੰ ਕੋਲਡ ਕਰਨ ਫਿਰ ਉਹ ਵੈਰੀਫਾਈ ਕਰਨ ਤੁਹਾਡੇ ਅਕਾਊਂਟ ਵਿੱਚ ਬੈਲੈਂਸ ਹੈਗਾ ਕਿ ਨਹੀਂ ਹੈਗਾ ਜੋ ਵੀ ਹੈ ਹੁਣ ਕਈ ਵਾਰੀ ਸਟੂਡੈਂਟ ਕੀ ਕਰਦੇ ਨੇ ਆਪਣੇ ਦਿਮਾਗ ਹੁੰਦੇ ਆ ਤੇਜ਼ ਵਾਲੇ ਸੋ ਆਪਾਂ ਯੂਜ਼ ਕਰਦੇ ਆ ਉਸ ਚੀਜ਼ ਨੂੰ ਆਪਾਂ ਅਕਾਊਂਟ ਚ ਬੈਲੈਂਸ ਪਾ ਕੇ ਸਟੇਟਮੈਂਟ ਕਰਵਾ ਕੇ ਅੰਬੈਸੀ ਚ ਫਾਈਲ ਜਮਾ ਕਰਾ ਦਿੰਦੇ ਆ ਉਸ ਤੋਂ ਬਾਅਦ ਕੁਝ ਏਜੰਟ ਜਾਂ ਕਲਾਇੰਟ ਜਾਂ ਜੋ ਵੀ ਹੈ ਜਿਨ੍ਹਾਂ ਨੇ ਫੰਡ ਚੋਂ ਕੀਤਾ ਹੈ ਉਹ ਆਪਣਾ ਬੈਲੈਂਸ ਕਢਾ ਲੈਂਦੇ ਆ ਪੈਸੇ ਤੁਸੀਂ ਕਢਾ ਲੇ ਬਟ ਸਟੇਟਮੈਂਟ ਤੁਸੀਂ ਕੱਲ ਦੀ ਡੇਟ ਦੀ ਦੇਤੀ ਪਰ ਸਾਨੂੰ ਪਤਾ ਹੈ ਕਿ ਅੰਬੈਸੀ ਦੁਬਾਰਾ ਸਟੇਟਮੈਂਟ ਨਹੀਂ ਮੰਗਦੀ ਹੁੰਦੀ ਬਟ ਏ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਉਹਨਾਂ ਨੇ ਇਮੀਡੀਏਟਲੀ ਅੱਜ ਦੀ 30 ਫਾਈਲ 10 ਦਿਨ ਪਹਿਲਾਂ ਲੱਗੀ ਸੀ ਸੋ ਉਹਨਾਂ ਨੇ ਅੱਜ ਦੀ ਜਿਵੇਂ ਕਿ ਹੁਣ ਦੀ ਸਟੇਟਮੈਂਟ ਲੇਟੈਸਟ ਮੰਗੀ ਹੈ ਜਿਸ ਦੇ ਵਿੱਚ ਬੈਂਕ ਦੀ ਸਟੈਂਪ ਨਹੀਂ ਹੋਣੀ ਜ਼ਰੂਰੀ ਸਿਰਫ e ਡਾਊਨਲੋਡ ਜਿਵੇਂ ਕਹਿੰਦੇ ਨੇ e ਸਟੇਟਮੈਂਟ ਡਾਊਨਲੋਡ ਕਰਨੀ ਹੈ ਪੀਡੀਐਫ ਫਾਰਮ ਉਸ ਨੂੰ ਤੁਸੀਂ ਅਪਲੋਡ ਕਰਨਾ ਹੈ ਦੂਜੀ ਦੂਜਾ ਕੀ ਹੈ ਦੂਜਾ ਇੰਪੋਰਟੈਂਟ ਚੀਜ਼ ਇਹ ਦੂਜੀ ਇੰਪੋਰਟੈਂਟ ਚੀਜ਼ ਇਹ ਹੈ ਕਿ ਆਪਾਂ ਕਿਸੇ ਸੀਏ ਤੋਂ ਜਾਂ ਕਿਸੇ ਤੋਂ ਵੀ ਆਈਟੀਆਰ ਪਰਭਾ ਲੈਣੇ ਆ ਹੁਣ ਜਿਹੜੀ ਆਪਾਂ ਆਈਟੀਆਰ ਪਰਭਾਉਣੇ ਆ ਉਹ ਵੀ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਫੇਕ ਹੈ ਕਿ ਜੈਨੂਨ ਹੈ ਜਾਂ ਕੀ ਸਿਸਟਮ ਤੁਸੀਂ ਆਈਟੀਆਰ ਜ਼ਰੂਰ ਭਰਿਆ ਕਿਸੇ ਨੂੰ ਨਹੀਂ ਪਤਾ ਦਿਖਦੀਆਂ ਆਈਟੀਆਰ ਕਿਉਂਕਿ ਅੱਜ ਕੱਲ ਕੀ ਕਰਦੇ ਆ ਲੋਕ ਆਈਟੀਆਰ ਨੂੰ ਵੀ ਐਡਟ ਕਰ ਕਰਕੇ ਦੇਈ ਜਾਂਦੇ ਸੋ ਉਹਦੇ ਵਿੱਚ ਕਾਲਮ ਆਉਂਦਾ ਜਿਸ ਦੇ ਵਿੱਚ ਤੁਸੀਂ ਆਪਣਾ ਪੈਨ ਕਾਰਡ ਦਾ ਨੰਬਰ ਜਿਹਦੇ ਵਿੱਚ ਤੁਸੀਂ ਆਪਣੇ ਆਧਾਰ ਕਾਰਡ ਦਾ ਨੰਬਰ ਪਾਉਣਾ ਉਸ ਤੋਂ ਬਾਅਦ ਤੁਹਾਡੇ ਜਿਹੜਾ ਆਧਾਰ ਕਾਰਡ ਦਾ ਨੰਬਰ ਹੈ ਉਹ ਆਇਨਾ ਹੋਵੇ ਕਿ ਮੋਬਾਈਲ ਟਿਕ ਪਿਆ ਜਿਵੇਂ ਇੱਕ ਕੁੜੀ ਗਈ ਸੀ ਆਪਣੀ ਫਾਈਲ ਲੈਣ ਹੁਣ ਦਿੱਲੀ ਫੈਲ ਆਉਣ ਗਈ ਸੀ ਉਹਦਾ ਮੋਬਾਈਲ ਚੋਰੀ ਹੋ ਗਿਆ ਨੇ ਦੱਸੋ ਕੀ ਕਰੂ ਬੰਦਾ ਹੁਣ ਮੋਬਾਈਲ ਹੋ ਗਿਆ ਚੋਰੀ ਤੇ ਫਿਰ ਤੁਸੀਂ ਕਹੋਗੇ ਵੀ ਦੂ ਵੈਰੀਫਿਕੇਸ਼ਨ ਕੀ ਹੁੰਦੀ ਹੈ ਦਿੱਲੀ ਆਪੀ ਮਾੜਾ ਜੇ ਤੁਸੀਂ ਮੋਬਾਈਲ ਨੂੰ ਆਏ ਨਾਲ ਨਾਲ ਲਈ ਜਾਂਦੇ ਹੋ ਪਰ ਮੋਬਾਈਲ ਕਿੱਥੇ ਲੈ ਕੇ ਜਾਣਾ ਕਿਸੇ ਨੇ ਸੋ ਇਹ ਚੀਜ਼ ਦਾ ਧਿਆਨ ਰੱਖਿਓ ਉਹਨਾਂ ਨੇ ਮੁੜ ਕੇ account block ਕਰਤਾ ਵੀ ਮੈਂ ਤੁਹਾਨੂੰ ਇਹੀ ਗੱਲ ਕਹੂੰਗਾ ਕਿ ਤੁਹਾਡਾ ਪੈਨ ਕਾਰਡ ਨੰਬਰ ਤੁਹਾਡਾ ਆਧਾਰ ਕਾਰਡ ਨੰਬਰ ਇਹ ਚੀਜ਼ਾਂ ਪਾ ਕੇ ਮੁੜ ਕੇ ਜਿਹੜਾ ਨੰਬਰ ਤੁਹਾਡਾ ਆਧਾਰ ਕਾਰਡ ਤੇ ਦਿੱਤਾ ਹੋਇਆ ਉਸ ਨੰਬਰ ਤੇ OTP ਆਊਗਾ ਫਿਰ OTP ਨੂੰ ਫਿਲ ਕਰਕੇ ਉਹ ਉਸ ਤੋਂ ਬਾਅਦ ਉਹ ਸਾਈਟ ਨੇ ਆਪਣੇ ਆਪ ਆਈਟੀਆਰ ਨੂੰ ਚੱਕਨੀ ਹੈ ਜਿਹੜਾ ਕਿ ਫੇਕ ਆਪਾਂ ਨਹੀਂ ਲਾ ਸਕਦੇ ਸੋ ਦਿੱਲੀ ਧਿਆਨ ਨਾਲ ਜਾਇਆ ਕਰੋ ਕਿਉਂਕਿ ਮੈਂ ਫਿਰ ਕਹਿਣਾ ਉੱਥੇ ਮੋਬਾਈਲ ਮੂਲ ਬਟਿਏ ਬਟੂਏ ਕੱਡੇ-ਕੱਡੇ ਜਾਂਦੇ ਆ ਪਰ ਕੱਡੇ ਉਹਨਾਂ ਦੇ ਜਾਂਦੇ ਆ ਜਿਹੜੇ ਜ਼ਿਆਦਾ ਦਿਖਾਉਂਦੇ ਆ ਠੀਕ ਹੈ ਇਹ ਚੀਜ਼ਾਂ ਧਿਆਨ ਰੱਖਿਆ ਕਰੋ ਉਸ ਤੋਂ ਬਾਅਦ ਇਹਦੀ ਫੀਸ ਵੀ ਆਉਂਦੀ ਹੈ ਜਿਹੜੀ ਕਿ 10 10 ڈالر ਆਉਂਦੀ ਹੈ एग्जैक्ट अमाउंट ਜਿਹੜੀ ਫੀਸ ਕੱਟੀ ਗਈ ਹੈ ਉਹ ਆਪਣੀ 10 यूएसडी ਹੀ ਆਈ ਹੈ ਤੁਸੀਂ ਇੱਕ ਚੈੱਕ ਕਰ ਸਕਦੇ ਹੋ ਮੈਂ ਜੇ ਤੁਹਾਨੂੰ ਦਿਖਾ ਸਕਦੇ ਜੋ ਦੇਖੋ ਤੁਹਾਨੂੰ ਦੇਖ ਕੇ ਆਊਗਾ ਵੀ 10 यूएसडी ਆਉਂਦੀ ਹੈ ਨੀਅਰ ਅਬਾਊਟ 1000 ਰੁਪਿਆ 1000 ਰੁਪਿਆ ਆਊਗਾ ਸੋ ਸਟੂਡੈਂਟ ਸਾਡੇ ਅਕਾਊਂਟ ਚ ਪਾ ਕੇ ਜਾਂ ਜੋ ਵੀ ਅਸੀਂ ਇਸ ਤੋਂ ਬਾਅਦ ਜਿਹੜੀ ਇਹ ਪੇਮੈਂਟ ਹੁੰਦੀ ਹੈ ਏ ਪੇਮੈਂਟ ਤੁਹਾਡੀ ਵੀਜ਼ਾ ਕਾਰਡ ਨਹੀਂ ਚੱਲਦਾ ਇਹਦੇ ਵਿੱਚ ਮਾਸਟਰ ਕਾਰਡ ਚੱਲਦਾ ਜਿਹੜਾ ਸੰਤਰੀ ਜਾਂ ਤੇ ਜੈਨੋ ਜਾਂ ਦੋ ਕਲਰ ਹੁੰਦੇ ਹਨ ਉਹ ਕਾਰਡ ਚੱਲਦਾ ਤੇ ਉਸ ਤੋਂ ਬਾਅਦ ਤੁਸੀਂ ਇਹ ਡਨ ਕਰਕੇ ਤੇ ਇਸ ਚੀਜ਼ ਨੂੰ ਤੁਸੀਂ ਕੰਪਲੀਟ ਸਿਰਫ ਇੱਕ ਜਾਂ ਦੋ ਦਿਨ ਦੇ ਵਿੱਚ ਕਰਨਾ ਹੈ ਜੇ ਤੁਸੀਂ ਇਹਨੂੰ ਕੰਪਲੀਟ ਨਹੀਂ ਕੀਤਾ ਫਿਰ ਤੁਹਾਡਾ ਵੀਜ਼ਾ ਰਿਜੈਕਟ ਹੋ ਸਕਦਾ ਜਾਂ ਰਿਜੈਕਟ ਹੋ ਜਾਊਗਾ ਹੁਣ ਇਸ ਦੇ ਨਾਲ ਨਾਲ ਤੁਸੀਂ ਨੰਬਰ ਉਹੀ ਪਾਉਣਾ ਹੈ ਜਿਹੜਾ ਆਧਾਰ ਕਾਰਡ ਤੇ ਜਾਂ ਪੈਨ ਕਾਰਡ ਤੇ ਹੈਗਾ ਰਜਿਸਟਰਡ ਪਰ ਮੋਬਾਈਲ ਨੂੰ ਨਹੀਂ ਗਮਾਉਣਾ ਇਹ ਚੀਜ਼ਾਂ ਦੱਸਤੀਆਂ ਮੈਂ ਸਟੇਟਮੈਂਟ ਅਪਲੋਡ ਕਰਤੀ ਆਈਟੀਰ ਅਪਲੋਡ ਕਰਤੀਆਂ ਸੋ ਇਹ ਲੇਟੈਸਟ ਅਪਡੇਟ ਜੇ ਤੁਸੀਂ ਸਾਊਥ ਕੋਰੀਆ ਦੀ ਫਾਈਲ ਨੂੰ ਅਪਲਾਈ ਕਰਨਾ ਹੈ ਪਰ ਇਹ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਹੋਣੀ ਜ਼ਰੂਰੀ ਹੈ ਵੀ ਜੇ ਤੁਸੀਂ ਕਿਸੇ ਤੋਂ ਫੰਡ ਸ਼ੋਅ ਕਰਵਾਉਗੇ ਉਹਨਾਂ ਨੂੰ ਇਹ ਗੱਲ ਜ਼ਰੂਰ ਦੱਸ ਕੇ ਚੱਲਿਓ ਕਿ ਮੈਨੂੰ ਫੰਡ ਦੁਆਰਾ ਵੀ ਟਰੀਟਮੈਂਟ ਉਸ ਦੀ ਲੈਣੀ ਪੈ ਸਕਦੀ ਹੈ ਸੋ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਨੂੰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਤੁਸੀਂ ਆਉਣ ਵਾਲੀਆਂ ਵੀਡੀਓ ਨੂੰ ਦੇਖ ਸਕੋ ਈਵਨ ਕਿ ਸਾਊਥ ਕੋਰੀਆ ਦੇ ਬਾਰੇ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਮੈਂ ਆਪਣੇ ਚੈਨਲ ਦੀ ਉੱਪਰ ਲੈ ਕੇ ਆਉਂਗਾ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ